ਸ਼੍ਰੀਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਪੰਗੂ ਵਲੌਗ ਦੇ ਵਿੱਚ। ਟਾਈਮ ਹੋ ਗਿਆ 12 ਵੱਜ ਗਏ ਅਤੇ ਆਪਾਂ ਲੇਟ ਸੁੱਤੇ ਸੀਗੇ, 3:30 ਵੱਜ ਗਏ ਸੀਗੇ ਸੌਣ ਲੱਗੇ, ਅਤੇ ਹੁਣ ਉੱਠੇ ਹਾਂ। ਇੱਧਰ ਪਹੁੰਚ ਗਏ ਵਿਵੇਕ ਕੋਲ, ਉਹ ਖੜੀ ਹੈ ਗੱਡੀ ਆਪਣੀ ਉੱਧਰ, ਅਤੇ ਇੱਥੋਂ ਆਪਣਾ ਹੁਣ ਚੱਲਾਂਗੇ ਚਾਹ ਪਾਣੀ ਪੀ ਕੇ, ਅਤੇ ਬਾਕੀਆਂ ਗੱਲਾਂ ਦੀਆਂ ਗੱਲਾਂ। ਨੀਂਦ ਬੜੇ ਕੰਮ ਦੀ ਆ ਜੀ, ਵਲੌਗ ਵੀ ਨਹੀਂ ਅਪਲੋਡ ਹੋਇਆ ਅੱਜ ਤਾਂ, ਅਤੇ ਇੱਧਰ ਸਾਰਾ ਪਿੱਛੇ ਇਹਦਾ ਵਿਵੇਕ ਦਾ ਹੀ ਉਹ ਆ, ਸਾਰਾ ਸਕੂਲ ਖੋਲ੍ਹਿਆ ਵਾ ਇਹਨਾਂ ਨੇ, ਮਤਲਬ ਕਿਰਾਏ ਪਰ ਦਿੱਤਾ ਵਾ, ਅਤੇ ਆ ਬੈਠਾ ਵਿਵੇਕ। ਹੈਲੋ ਕਰਦੇ ਸਾਰਿਆਂ ਨੂੰ। ਹੈਲੋ। ਅਤੇ ਇਹ ਦੁਕਾਨ ਹੈ ਇਹਦੀ, ਦੇਖ ਲਓ ਦੁਕਾਨ, ਸਾਰਾ ਸਮਾਨ ਮਿਲੂਗਾ ਏ ਟੂ ਜੈਡ, ਜੋ ਮੂੰਹ ਤੋਂ ਕੱਢੋਗੇ ਉਹੀ ਮਿਲ ਜੂਗਾ। ਅਤੇ ਰਾਜਾ ਬਾਈ ਖਾਣ ਗਿਆ ਵਾ ਇੱਧਰ ਰੋਟੀ, ਚੌਲ ਚੌਲ ਖਾਣ ਗਿਆ ਵਾ, ਅਤੇ ਆਪਾਂ ਖਾਵਾਂਗੇ ਚੌਕਲੇਟ, ਮੰਚ ਖਾਈਏ ਮੰਚ। ਇੱਧਰ ਸਾਰੀ ਆਹ ਕਮਰੇ ਵੀ ਇਹਦੇ ਹੀ ਹੈ ਵਿਵੇਕ ਦੇ, ਅਤੇ ਇੱਧਰ ਸਕੂਲ ਆ ਸਾਰਾ ਸਕੂਲ ਸਕਾਲ, ਇੱਧਰ ਉਹ ਉੱਥੇ ਤੱਕ ਪਿੱਛੇ ਤੱਕ ਚੱਲਦੇ ਹਾਂ, ਪਿੱਛੇ ਉੱਪਰ ਕੋਠੇ ਕਰ ਦੁਕਾਨ ਦੀ ਬੈਕ ਸਾਈਡ। ਇੱਥੇ ਰੱਖ ਅੰਬ ਲੱਗੇ ਵੇ, ਅੰਬ ਨਾ ਅੰਬ ਤਾਂ ਨਹੀਂ ਲੱਗੇ ਵੇ ਹਲੇ, ਤਾਂ ਬੂਰ ਵੀ ਨਹੀਂ ਆਇਆ ਅੰਬਾਂ ਨੂੰ। ਕਿਆ ਬਾਈ ਅੱਜ ਇਹਦੇ ਕੋਲ ਆ ਗਿਆ ਫਲ ਰੈਸਟ ਕਰੀ, 3 ਵਜੇ 3 ਵਜੇ ਹੁਣ ਚੱਲਣ ਲੱਗਿਆ, ਅਤੇ ਜੇ ਫਿਰ ਚੱਕ ਲਿਆ ਤੂੰ ਨਾਲ ਯਾਰ ਲੈ ਜਾ, ਕਿਸੇ ਨੇ ਨਹੀਂ ਖਾਣਾ, ਬੰਦੇ ਕਰਦੇ ਆ ਕੱਲ੍ਹ ਵੀ ਕਿਸੇ ਨੇ ਨਹੀਂ ਖਾਣਾ, ਇਹ ਪਤੀਸਾ ਚੱਕੀ ਫਿਰਦਾ ਕਹਿੰਦਾ ਲੈ ਤੈਨੂੰ ਫਿਰ ਧੂਪ ਦੇਵਾਂ ਅਗਰਬੱਤੀ, ਉਹ ਲਾਈ ਆਪਣੀ ਦੁਕਾਨ 'ਚ। ਦੇਖੀ ਖੁੱਲ੍ਹੀ ਤਾਂ ਨਹੀਂ ਹੈ, ਖੁੱਲ੍ਹੀ ਹੈ ਦੂਸਰੀ ਬੰਦ ਫਿਰ। ਇਹ ਬੰਦ ਹੈ, ਇਹ ਖਰਾਬ ਹੋ ਗਈ ਹੈ, ਇੱਥੇ ਰੱਖ। ਇਹ ਤਾਂ ਪੂਰਾ ਨੱਚੂਆ ਹੈ, ਬਿੰਗਾ ਸਿੱਧਾ ਹੋ ਗਏ ਲਾ, ਇੱਧਰ ਢਿੱਡਲ ਨਾਥ ਨੂੰ ਦੇਖ ਲਓ ਸਾਡੇ ਨੂੰ ਪਿਆ ਪੂਰਾ ਲੱਤਾਂ ਚੱਕੀ। ਚੱਲ ਠੀਕ ਹੈ ਫਿਰ, ਓਕਾ ਮਿਲਤੇ ਹੈ, ਪ੍ਰੈਸ਼ਰ ਪ੍ਰੂਸ਼ਰ ਬਣਾਉਣੇ ਟਾਈਮ ਲੱਗਣਾ। 4:04 ਅਤੇ ਅੱਗੇ ਨਾ ਉਹ ਹੁਣ ਨਾਕਾ ਆਉਂਦਾ, ਅਤੇ ਪਹਿਲਾਂ ਤਾਂ ਰੋਕੇ ਨਹੀਂ ਕਦੇ, ਮਾਰੋ ਸੁੱਕ ਰੱਖਿਆ ਅੱਜ ਵੀ ਨਿਕਲ ਜਾਈਏ। ਚੌਲਾਂ ਵਾਲੀ ਗੱਡੀ ਨੂੰ ਰੋਕਦੇ ਹਾਂ ਰਾਜੇ ਵੀਰ, ਤੁਸੀਂ ਰੋਕੇ ਦੇ, ਚਲੋ ਦੇਖਦੇ ਹਾਂ ਨਾ ਤੂੰ ਬਣਾਈ ਮੈਂ ਗੱਡੀ ਚਲਾਵਾਂ। ਲੱਗਿਆ ਵਾ ਨਾਕਾ ਪਰ ਹੈ ਨਹੀਂ ਪੁਲਿਸ ਵਾਲੇ, ਇੱਧਰ ਤਾਂ ਹੈ ਨਹੀਂ ਸੈਂਟਰ ਮੇ ਹੋ ਰਿਹਾ, ਆਓ ਇੱਕ ਪਾਸੇ ਨੂੰ ਹੋ ਜਾਂਦੀ ਹੈ। ਹਾਂ ਆਣਦੇ ਆਣਦੇ ਆਣ, ਚੱਲ ਫਿਰ ਰਾਜਿਆ ਯਾਰ ਦੇ ਮੜਾ ਜਾ ਖਿੱਚ ਕੇ ਆਕਿਆ ਜੋਰ ਹੈ ਨਹੀਂ ਅੱਜ, ਹੈ ਨਹੀਂ ਅੱਜ ਤੋਰ ਲੋ ਕਿਉਂ ਬ੍ਰੇਕਾਂ ਲਵਾ ਰਹੇ ਆ, ਐਡਵਾਂ ਨਹੀਂ ਕਰਦੇ ਦੇਖ ਲੈ ਸਾਲਾ, ਉਹ ਦੇਖੀ ਕਿਸ ਤਰ੍ਹਾਂ ਫਸ ਰਿਹਾ ਖੱਬੇ ਉੱਧਰ ਤਾਂ ਚੜਾਈ ਪਰ ਗੱਡੀ ਹੈ, ਉੱਧਰ ਤੁਸੀਂ ਬ੍ਰੇਕਾਂ ਲਵਾਈ ਜਾਂਦੇ ਆ
पहुंच गए गोपालगंज जाम जा लग्या वा रोड क्रॉसिंग दा गोपालगंज पहला सारी सारी रात लग जाती थी कहते गोपालगंज पार करने रडियाले वाले भाई ने शेर भी बोले था कहना गोपालगंज के खड्डिया नाल इन्हां दी मुड तो खड़कदी आ डांसर उपरे लगी भी नचन जे इन्ने कैमरा ऑन कर इन्ने हट गई नचने दे ला रहे ठुमके ताहीं दा जाम लग्या वा लोग रोक के देखण लग जाने चलो लोगों ने भी देखना ही है निकल गए जाम जो बाहर जाम एडा बहुत गांह तगड़ा नहीं था गुरदेव सिंह जिहड़ा तू कह रहा जाम तो बाहर निकल गए दो गड्डियां दा जाम नहीं था बॉर्डर ते पहुंच गए अज इतने रोंग साइड का आ रही गड्डियां बिना वर्दी वाले को कितने रुक जाएंगे धुंद जी भी लग गई पैन टाइम हो गया 7:07 यूपी च हो गया पॉइंटर ਮੁਕੂਈ ਬਾਰਡਰ ਦੇ ਹਾਂ ਅਤੇ ਧੁੰਦ ਜੀ ਵੀ ਲੱਗ ਗਈ ਪੈਣ ਹੌਲੀ ਹੌਲੀ ਇਸ ਕਰਕੇ ਹੁਣ ਅੱਗੇ ਡਰੋਪ ਕੇ ਕਦੇ ਕਰਦੇ ਹਾਂ ਸੀਸੇ ਸਾਫ ਅਤੇ ਚਾਹ ਪੀਂਦੇ ਹਾਂ ਘੱਟ ਘੱਟ ਫਿਰ ਅਗਲੀ ਵਾਰ ਗੱਲਬਾਤ ਦੱਸਾਂਗੇ ਤੁਹਾਨੂੰ ਵੀ ਕਿਆ ਕਰਨਾ ਆਪਾਂ ਪਹੁੰਚਣ ਵਾਲੇ ਹਾਂ ਗੁਰੂ ਨਾਨਕ ਹੋਟਲ 'ਤੇ ਜਿਹੜਾ ਗੋਰਖਪੁਰ ਤੋਂ ਪਹਿਲਾਂ ਮੈਂ ਨਾ ਕਮੈਂਟ ਪੜ੍ਹਦਾ ਪਿਆ ਸੀ ਪਹਿਲਾਂ ਵੀ ਬਹੁਤ ਭਰਾ ਕਮੈਂਟ ਕਰਦੇ ਆ ਵੀ ਬਾਈ ਤੂੰ ਰੇਟ ਨਹੀਂ ਦੱਸਦਾ ਤੂੰ ਖਰਚਾ ਨਹੀਂ ਦੱਸਦਾ ਇੱਕ ਮਿੰਟ ਟੀ ਟੀ ਬੰਦ ਹੋ ਲਵੇ
क्योंकि हरेक बंदे दा अपना अपना हिसाब होंदा है ना। हुण कोई ड्राइवर किन्ना खर्चा लंदा अपने मालक तों गुवाटी दा है, ते कोई किन्ना लंदा, कोई घट लंदा, कोई वध लंदा है ना। जे ओ बंदा मालक के ड्राइवर ने खर्चा कोई वध ले रहा है ना अपने मालक तों कह के भी फलाना पुलिस खर्चा ये खर्चा वह खर्चा कोई भी खर्चा ठीक है, वो बंदा मेरी वीडियो देखूगा ठीक है। मैं खर्चा पाया वा होगा घट, जे ओदा वध होया बच गई लत अगले दे ढिड ते है ना। कोई मैं वध पाया वा होया ठीक है, किसी ने घट पाया वा होया ठीक है, तो अगले नू वो भी तू खर्चा घट पाया ठीक है भाई। मैनू कोई चक्कर नहीं है ठीक है, मेरे तो परमात्मा सुख रखे अपनी गड्डी आ ठीक है, ना और किसी को हिसाब देना भी क्या हिसाब किताब है ना। फिर भाई कई बंद ढिड की लत बजती है, मैं नहीं चाहता भी मेरे करके किसी अपने ड्राइवर भरा दिक्कत हो, इस करके मैं खर्चा नहीं दसदा, मैं डीजल नहीं दसदा है ना। मैं रेट दस दिना थोनों है ना भी आ रेट आ, चलो रेट का तो कोई चक्कर नहीं है, खर्चा मेरे नहीं दस सकते सॉरी आ, जिन्हें गुस्सा करना कर लियो कोई चक्कर नहीं, एक तो बंदा गुस्सा करने वाला होगा पर जो सारी रेट पी है पर आपां नहीं चाहते भी कि बंदे दे ढिड दे लत बजे ठीक है ना। अगले का परिवार पाल रहा है, कोई जिवें मर्जी चला रहा यार, आपां नूं कोई फर्क नहीं, यह गल है भाई ठीक है। बाकी गुस्सा ना करो, जिहड़ी चीज़ जायज होंदी आपां दस दिंदे हां कि आ इदां आरटीओ दा बंदा सीगा ओ ले गया साला एंट्री, कहना लेव टू टी वी है चना चलान करवा ला, भज्जा भज्जा ओ मैं ना गड्डी तेज थी यार, ओ दा गड्डी कन्नी नु भज लिया साला, मैं कहा ला लाऊगा पीछे हां 1000 रुपया ले गया और रोटी खानी होगी रोटी खा लांगे, चाह पीनी होगी चाह पी लांगे मेरे वीरो, ते राजा वीर भी अट कड़िया है हां कर दे बंदे, राजा वीर भी उठ कड़िया गड्डी लॉक है ना सामने होटल गुरु नानक ठीक है ना, ठीक रहा करो, प्रशादा पानी छक आए आप लगे हैं तुरन और तेल पवाने अगे जाके टैंकी करा लेनी फुल मित्रो, राजा वीर जी उठे चाह पी गए सिरा मिठा पवा के बी कहने बिच कहने भी इनी चाह ना पिया कर इनी तेज मिठे आली शुगर हो जूगी, नहीं बीरे सानू नहीं हो सकती
ਅਸੀਂ ਸ਼ੂਗਰ ਨੂੰ ਹੋ ਜਾਾਂਗੇ ਸਾਨੂੰ ਸ਼ੂਗਰ ਨਹੀਂ ਹੁੰਦੀ ਹੈ ਚਲ ਬਾਕੀ ਤੁਹਾਡਾ ਧੰਨਵਾਦ ਹੈ ਨਾ ਤੁਸੀਂ ਇੰਨਾ ਧਿਆਨ ਰੱਖਦੇ ਆ ਦਿਲ ਤੋਂ ਲਵ ਯੂ ਹੈ ਜੱਟੋ ਜਾਵਾ ਤੈ ਦਿਲ ਤੋਂ ਇੱਥੋਂ ਤੇ ਆ ਜਾਓ ਫਿਰ ਹੁਣ ਤੁਹਾਨੂੰ ਪੰਪ ਤੇ ਮਿਲਦੇ ਆ ਸਿੱਧੇ ਜਾ ਕੇ ਪਹੁੰਚ ਗਏ ਪੰਪ ਤੇ ਤੇ ਪਹਿਲਾਂ ਮੈਂ ਕਿਹਾ ਤੂੰ ਕਾਰਡ ਉਹ ਕਰ ਸਵੈਪ ਕਰ ਲਾ ਕਦੇ ਇੱਧਰ ਟੈਂਕੀ ਫੁੱਲ ਕਰਾ ਲਈਏ ਅਤੇ ਤੂੰ ਕਹਵੇਂ ਕਾਰਡ ਤਾਂ ਚੱਲਦਾ ਨਹੀਂ ਸਾਰੀ ਰਾਤ ਇੱਥੇ ਹੀ ਬੈਠੇ ਰਵਾਂਗੇ ਆ ਜਾ ਮਾਨ ਸਾਹਿਬ ਥੱਲੇ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਗੇਜ ਮਾਰੀਏ ਅਤੇ ਪਵਾਈਏ ਤੇਲ 25,000 ਦਾ ਪਊਗਾ 288 ਲੀਟਰ ਆਪਾਂ ਨੇ ਤਾਂ ਵੀਰ ਜੀ 27,000 ਦਾ ਪਵਾਉਣਾ ਜੀ ਕਿਆ ਸੋਚਾਂ ਮੈਂ ਪੈ ਰਿਹਾ ਬਹੁ ਉਹ ਗੱਡੀ ਉੜੀ ਓਏ ਹੋਏ ਗੱਡੀ ਬੜੀ ਮਸ਼ੀਨ ਆ ਇਹਨੂੰ ਤਾਰ ਏ ਸੀ ਵਾਲੀ ਹੋਣੀ ਆ ਹਾਂ ਏ ਸੀ ਆ ਬਾਈ ਹਜ਼ਾਰ ਦਾ ਤਾਂ ਪੈ ਗਿਆ ਅਤੇ ਇੱਧਰ ਵੀ ਪੁਰਾਣੇ ਵਾਲਾ ਹੀ ਆ ਸਮਝੋ ਇਹ ਤੱਕ ਆ ਗਿਆ ਹੁਣ 27,000 ਦਾ ਪੈ ਗਿਆ ਸੀਗਾ 311 ਲੀਟਰ ਅਤੇ ਹੁਣ ਦੁਬਾਰਾ ਲੱਗਿਆ ਪਾਉਣ ਵੀ ਜਿੰਨਾ ਕੁ ਉੱਪਰ ਆ ਜਾਂਦਾ ਕਿੰਨਾ ਗਾਣਾ ਰਾਜਾ ਐਨ ਕਰ ਲਈ ਨੱਕੋ ਨੱਕ ਜਿੰਨਾ ਪਹਿਲਾਂ ਹੈ ਤਾਂ ਆਪਣੇ ਕੋਲ ਅਤੇ ਨਾਲੇ ਐਵਰੇਜ ਦਾ ਪਤਾ ਲੱਗ ਜੂਗਾ ਹੈ ਕਿ ਨਹੀਂ ਇਹਦਾ ਕਹਿੰਦਾ ਤਾਂ ਬੱਸ ਕਰਾਂ ਤੇ ਕੱਟ ਮਾਰੇ ਦੇ ਬਾਅਦ ਵੀ 20-30 ਲੀਟਰ ਤੇਲ ਆ ਜਾਂਦਾ ਹਾਂ ਨਹੀਂ 20 ਲੀਟਰ ਤੋਂ ਆ ਜਾਏਗਾ ਕਰ ਮੰਨ ਇਸ ਮੇਰੇ ਕੱਟ ਹੀ ਨਹੀਂ ਮਾਰੇ ਮਾਰੇ ਆ ਜਾਂਦਾ 23,000 ਦਾ ਤੋਂ ਮਾਰੇ ਆ ਜਾਂਦਾ ਕੱਟ ਮੰਨ ਨਹੀਂ ਪੰਦਰਾਂ ਦਾ ਆ ਗਿਆ ਕਿਉਂ ਐਵਰੇਜ ਦਾ ਪਤਾ ਜਬ ਹੀ ਲੱਗੇਗਾ ਵੀ ਪਹਿਲੇ ਜਿਤਨਾ ਹੈ ਤਾਂ ਪਹਿਲੇ ਯਹਾਂ ਤੱਕ ਦਾ ਪੂਰਾ ਤਾਂ ਵੀ ਪਤਾ ਲੱਗੇਗਾ ਵੀ ਕਿਤਨੇ ਕੀ ਐਵਰੇਜ ਦੇ ਰਹੀ ਹੈ ਵੀਹ ਲੀਟਰ ਆ ਗਿਆ 30 ਕੁ ਲੀਟਰ ਆਊਗਾ ਨੱਕੋ ਨੱਕ 3,000 ਰੁਪਏ ਦਾ ਫਾਇਦਾ ਹੋ ਗਿਆ 3,000 ਰੁਪਏ ਦਾ ਫਾਇਦਾ ਹੋ ਗਿਆ ਤੇਰਾ 28 ਲੀਟਰ ਆ ਗਿਆ ਹੋਰ ਲੈ ਰਾਜੇ ਕਰਦੇ ਗੱਡੀ ਅੱਗੇ ਮੈਂ ਇਹਦੇ ਪੈਸੇ ਕਟਵਾਵਾਂ ਹਾਂ ਕਾਰ ਵਾਲਾ ਤਾਂ 200 ਕੱਟ ਲਵਾਏਗਾ 42-50 ਪਾਣੀ ਇਹਦਾ ਪਾਣੀ ਨੀ ਪਿਲਾ ਰਹੇ ਤੂੰ ਸੀਸੇ ਕਿੱਥੇ ਸਾਫ਼ ਕਰਵਾ ਰਿਹਾ ਇਹਨਾਂ ਵਾਦੇ ਮਾਲ ਲਾ ਦੇ ਨਾਟਾਂ 2,500 ਰੁਪਏ ਤੇਲ ਆਪਣੀ ਗੱਡੀ 'ਚ ਪੈ ਗਿਆ ਅਤੇ ਪਾਣੀ ਪੁਣੀ ਪੀ ਲਿਆ ਹਾਂ ਕੀ ਬੋਲੋ ਮੈਂ ਕਿਹਾ ਜਿਸ ਤਰ੍ਹਾਂ ਰਾਤ ਨੂੰ 12-1 ਵਜੇ ਆਉਂਦੇ ਨਾ ਜੇ ਹਾਂ ਬਾਈਪਾਸ ਨੂੰ ਜਾਣੇ ਦੀ ਲੋੜ ਨਹੀਂ ਹੈ ਅੰਦਰ ਨੂੰ ਅੰਦਰ ਨੂੰ ਕਿੰਨਾ ਸਫ਼ਰ ਘੱਟ ਪੈਂਦਾ ਸਫ਼ਰ ਤਾਂ ਬਰਾਬਰ ਹੀ ਹੈ ਅੱਛਾ 5-7 ਸਪੀਡ ਬ੍ਰੇਕਰ ਆ ਸਪੀਡ ਬ੍ਰੇਕਰਾਂ ਦਾ ਗਿਆ ਉਹ ਰੋਡ ਸਾਫ਼ ਹੈ ਉਹ ਇਹੋ ਜਿਹੀ ਰੋਡ ਹੈ ਉਹਦੀ ਅੱਛਾ ਹਾਲੇ ਤਾਂ ਟਾਈਮ ਫਿਰ ਕੁਛ ਨਹੀਂ ਹੋਇਆ ਹਲ ਦਾ ਭੀੜ ਆਉਣੀ ਉੱਥੇ ਪੂਰੀ ਅਤੇ ਅੱਛਾ ਮੈਂ ਨਹੀਂ ਆਇਆ ਕਦੇ ਅੰਦਰ ਤੁਸੀਂ ਪਹਿਲਾਂ ਅੰਦਰ ਨੂੰ ਆਉਂਦੇ ਹੋਣੇ ਪੁਰਾਣੀ ਗੱਡੀਆਂ ਦੇ ਅਤੇ ਆਪਾਂ ਲੱਗੇ ਹੁਣ ਬਲੌਗ ਐਡਿਟ ਕਰਨ
ਵਲੌਗ ਐਡਿਟ ਕਰਕੇ ਫਿਰ ਆਪਾਂ ਸੌ ਜਾਵਾਂਗੇ। ਰਾਜਾ ਵੀਰ ਜੀ ਚੱਲਦਾ ਰਹੂਗਾ ਜਿੱਥੇ ਤੱਕ ਜਾਣਾ ਵੀਰ ਨੇ, ਕਿਉਂ ਵੀਰ ਪੱਕੀ ਬਾਤ ਹੈ? ਹਾਂ ਪੱਕੀ ਬਾਤ ਹੈ। ਅਤੇ ਬਸ ਲੱਗੇ ਮੈਂ ਤੁਹਾਡੀ ਸੇਵਾ 'ਚ। ਅਤੇ ਕਿੱਦਾਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਵੀਰ ਜੀ? ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਰਾਜੇ ਵੀਰ ਬੰਦੇ ਯਾਰ ਸਬਸਕ੍ਰਾਈਬ ਨਹੀਂ ਕਰ ਰਹੇ, ਤੂੰ ਕਹਿ ਯਾਰ ਤੇਰੀ ਸਿਫਾਰਸ਼ ਮੇਰੇ ਮੈਂ ਬੋਲੇ ਨਹੀਂ ਜਾਣੇ ਗਾ ਬੋਲ ਕਹਿ ਚੈਨਲ ਨੂੰ ਪੁੱਠਾ ਹੀ ਮਾਰਦੇ ਕਰੋ ਬਣਦਾ। ਹਾਂ ਕਹਿ ਜਿਹੜਾ ਲਾਲ ਰੰਗ ਗਾ ਰਿਹਾ ਉਸ ਨੂੰ ਦੱਬਲੇ ਕਰੋ ਕਹਿੰਦੇ ਬਟਨ ਨੂੰ। ਅੱਛਾ ਕਹਿੰਦੇ ਜਿਹੜਾ ਲਾਲ ਜੀ ਰੰਗ ਵਾਲਾ ਨਾ ਉਸ ਤੇ ਪੁੱਠਾ ਲਾ ਦੇ ਕਰੋ। ਹਾਂ ਬਾਈ ਜੀ ਉਹ ਫ੍ਰੀ ਹੈ ਜਮਾ ਹੀ, ਉਹ ਦੱਬਣ ਦੇ ਪੈਸੇ ਨਹੀਂ ਲੱਗਦੇ, ਠੀਕ ਹੈ ਨਾ? ਦੱਬ ਦਿਓ ਯਾਰ, ਕਰੋ ਸਪੋਰਟ ਹੈ ਨਾ। ਜੇ ਸਾਡੇ ਕਿੰਨੀ ਦਿਲ ਤੇ ਕੋਈ ਕਮੀ ਪੇਸ਼ੀ ਹੈ ਤਾਂ ਦੱਸੋ, ਕਿਉਂ ਰਾਜੇ ਵੀਰ? ਪੱਕੀ ਗੱਲ ਹੈ ਨਾ, ਕੋਈ ਕਮੀ ਪੇਸ਼ੀ ਨਹੀਂ ਆਣ ਦਿੰਦੇ। ਕੱਲ ਵਾਲੀ ਵੀਡੀਓ ਤੇ ਨਾ ਇੱਕ ਪਤਾ ਨਹੀਂ ਅੰਗਰੇਜ਼ਣ ਆ ਕੁੜੀ, ਪਤਾ ਨਹੀਂ ਹੈ ਪਰ ਮੈਨੂੰ ਤਾਂ ਲੱਗਦਾ ਬਾਹਰ ਦੀ ਹੋਇਆ, ਉਹਨੇ ਕਮੈਂਟ ਕੀਤਾ ਪਰ ਸਮਝ 'ਚ ਹੀ ਨਹੀਂ ਆਇਆ ਮੈਨੂੰ ਵੀ ਕਿਆ ਕਹਿ ਗਈ ਉਹ। ਬਸ ਐਂ ਜ਼ਰੂਰ ਸਮਝ ਆਇਆ ਉਹਨੇ ਕਿਹਾ ਆਈ ਲਵ ਇੰਡੀਆ, ਆਈ ਲਵ ਇੰਡੀਆ ਸਾਰਿਆਂ ਨੂੰ, ਠੀਕ ਆ? ਅਤੇ ਇੱਕਣੇ ਜੀ ਲਵਾਉਂਦੇ ਰਹਾਂਗੇ ਵੀਰੇ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਗੁੱਡ ਨਾਈਟ, ਰੱਬ ਰਾਖਾ, ਮਿਲਦੇ ਹਾਂ ਕਿਸੇ ਨੈਕਸਟ ਵੀਡੀਓ 'ਚ।